हेलो, गुड मॉर्निंग माय डियर स्टूडेंट। लास्ट डे वी आर डिस्कसिंग अबाउट दी फोर वेजेस। सो टुडे वी आर डिस्कसिंग अबाउट आर्यन पीपल्स लाइक देयर सोसाइटी एंड देयर लाइफस्टाइल। सो नाउ वी आर स्टार्ट योर सेकंड लेसन ऑफ दिस चैप्टर। That is chapter 4, the Vedic is society. Society student mean the samaj, jithe manukh reh reha ohdi society aur samaj de vich reh reha. Ajj assi gal karni aa aryan lokan di, ohna di kiddan di society si je samaj de vich rehnde si ja ki structure si ga ohna da. Okay, स्टूडेंट देखो, ग्रहपति फर्स्ट ऑफ ऑल गल करांगे असीं ग्रहपति दी, जां इहनूं कुल वी कहिंदे आ, कुलपति वी कहा जांदा। स्टूडेंट असीं फैमिली दे विच रह रहे हां, ज्वाइंट फैमिली दे विच, जो परसन एज दे विच सब तों वड्डा मीन अपना ग्रैंडफादर कह सकदे हां, ठीक आ, ओह की सीगा, अज वी आ, बट पुराने समें विच वी ओह की सीगा, हैड सीगा फैमिली दा, उहनूं की बोलिया जांदा कि दैट इज ग्रहपति और कुलपति। ਉਹ ਕੀ ਸੀ? ਹੈਡ ਆਫ ਫੈਮਿਲੀ, ਫੈਮਿਲੀ ਦਾ ਹੈਡ ਸੀਗਾ। ਐਂਡ ਜੋ ਵੀ ਡਿਸੀਜਨ ਸੀਗੇ, ਸਾਰੇ ਫੈਮਿਲੀ ਦੇ ਵਿੱਚ ਜੋ ਵੀ ਡਿਸੀਜਨ ਲਏ ਜਾਂਦੇ ਸੀਗੇ ਰਿਲੇਟਡ ਦੇ ਆਰ, ਕਿਸੇ ਦੀ ਵੀ ਰਿਲੇਟਡ ਹੋ ਸਕਦੇ ਆ, ਉਹ ਗ੍ਰਹਿਪਤੀ ਦੁਆਰਾ ਹੀ ਲਏ ਜਾਂਦੇ ਸੀਗੇ। ਸਾਰੇ ਬੱਚੇ ਜਿਹੜੇ ਚਾਈਲਡਰਨ ਸੀਗੇ ਜਾਂ ਅਦਰ ਫੈਮਿਲੀ ਮੈਂਬਰ ਸੀਗੇ ਉਹਦੇ ਕੰਟਰੋਲ ਦੇ ਵਿੱਚ ਸੀਗੇ। ਡਨ। ਨੈਕਸਟ ਕੀ ਆ? ਵੈਸ ਔਰ ਕਲੈਨ। ਕਲੈਨ ਦਾ ਮਤਲਬ ਸਟੂਡੈਂਟ ਹੁੰਦਾ ਕਬੀਲਾ। ਡਨ। ਜਿਵੇਂ ਨੰਬਰ ਆਫ ਕੁਲਸ, ਲਾਈਕ ਜਿਹੜੇ ਕੁਲ ਸੀਗੇ, ਕੁਲਪਤੀ ਸੀਗੇ, ਨੰਬਰ ਆਫ ਕੁਲਸ ਟੂਗੈਦਰ ਵਰ ਨੋਨ ਐਸ ਵਿਸ। ਜਿਹੜੇ ਨੰਬਰ ਬਹੁਤ ਜ਼ਿਆਦਾ, ਜਿਵੇਂ ਆਪਾਂ ਕਹਿ ਦਈਏ ਵੱਡੀਆਂ ਵੱਡੀਆਂ ਫੈਮਿਲੀਆਂ, ਜਿਹੜੇ ਮੇਨ ਲੋਕ ਸੀਗੇ, ਮਤਲਬ ਪੁਰਾਣੇ ਬਜ਼ੁਰਗ ਸੀਗੇ, ਉਹ ਕੀ ਸੀ, ਕਾਹਦੇ ਨਾਂ ਨਾਲ ਜਾਣੇ ਜਾਂਦੇ ਸੀਗੇ? ਵਿਸ ਦੇ ਨਾਂ ਨਾਲ ਜਾਣੇ ਜਾਂਦੇ ਸੀਗੇ। ਡਨ। ਬਿਕਮ ਹੌਲੀ ਹੌਲੀ ਕੀ ਸਟੂਡੈਂਟ ਹੁੰਦਾ ਸੀਗਾ, ਜਦੋਂ ਉਹ ਇੱਕ ਜਗ੍ਹਾ ਤੇ ਰਹਿਣਾ ਸਟਾਰਟ ਕਰ ਦਿੰਦੇ ਸੀ, ਉਹਨੂੰ ਪਹਿਲਾਂ ਦੱਸਿਆ ਗਿਆ, ਠੀਕ ਆ, ਹੌਲੀ ਹੌਲੀ ਕੀ ਸੀਗਾ, ਉਹ ਕਬੀਲੇ ਦਾ ਰੂਪ ਧਾਰਨ ਕਰ ਲੈਂਦੀ, ਮਤਲਬ ਇੱਕ ਉਦੋਂ ਵਿਲਸ ਕ੍ਰੀਏਟ ਨਹੀਂ ਹੋਏ ਸੀਗੇ। ਡਨ। ਉਹ ਕਬੀਲਾ ਬਣ ਜਾਂਦਾ ਸੀਗਾ। ਨੈਕਸਟ ਕੀ ਸੀਗਾ? ਕਿਹੜਾ ਕਬੀਲਾ ਹੋਂਦ ਵਿੱਚ ਆਇਆ ਸੀਗਾ? ਜੈਨ, ਜੈਨ ਟ੍ਰਾਈਬ, ਜਿਹੜਾ ਜੈਨ ਕਬੀਲਾ ਸੀਗਾ ਉਦੋਂ ਇਸਟੈਬਲਿਸ਼ ਹੋਇਆ ਸੀਗਾ। ਹੌਲੀ ਹੌਲੀ ਕੀ ਹੋਇਆ, ਦੇ ਆਰ ਉਹਦਾ ਜਿਹੜਾ ਕਬੀਲੇ ਸੀਗੇ ਉਹਨਾਂ ਦਾ ਰੂਪ ਬਦਲ ਗਿਆ, ਮਤਲਬ ਹੌਲੀ ਹੌਲੀ ਕਬੀਲਾ ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀ ਵੱਧਦੀ ਗਈ, ਉਹਦੇ ਨਾਲ ਕੀ ਹੋ ਗਿਆ, ਫਾਰਮਡ ਇੰਟੂ ਏ ਗ੍ਰਾਮ, ਜਿਹੜੇ ਕਬੀਲੇ ਸੀਗੇ ਉਹ ਗ੍ਰਾਮਾਂ ਵਿੱਚ ਬਦਲ ਗਏ, ਜਿਹਨੂੰ ਗ੍ਰਾਮ ਬੋਲਿਆ ਜਾਂਦਾ ਸੀਗਾ, ਠੀਕ ਆ, ਜਿਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਵਿਲੇਜ। ਇਸ ਤਰ੍ਹਾਂ ਜਿਹੜੇ ਵਿਲੇਜ ਸੀਗੇ, ਪਿੰਡਾਂ ਦੀ ਇਸਟੈਬਲਿਸ਼ਮੈਂਟ ਹੋਈ ਹੈਗੀ ਆ। ਡਨ। ਇਹ ਸਟੂਡੈਂਟ ਸੀਗਾ ਗ੍ਰਹਿਪਤੀ ਔਰ ਕੁਲਪਤੀ ਬਾਰੇ, ਜੋ ਕਿ ਸੀਗਾ ਹੈਡ ਆਫ ਫੈਮਿਲੀ। ਹੌਲੀ ਹੌਲੀ ਉੱਥੋਂ ਕਬੀਲੇ ਕ੍ਰੀਏਟ ਹੁੰਦੇ ਆ, ਕਲੈਕਟਿੰਗ ਦੀ ਨੰਬਰ ਆਫ ਕੁਲਪਤੀ, ਐਂਡ ਫਿਰ ਗ੍ਰਾਮ ਐਂਡ ਵਿਲੇਜ। ਨੈਕਸਟ ਕੀ ਆ ਸਟੂਡੈਂਟ? ਦੈਟ ਇਜ ਕਾਸਟ ਸਿਸਟਮ, ਜਾਤੀ ਪ੍ਰਥਾ। ਸਟੂਡੈਂਟ, ਜਾਤੀ ਪ੍ਰਥਾ ਉਦੋਂ ਵੀ ਪ੍ਰਚਲਿਤ ਸੀ, ਪੁਰਾਣੇ ਸਮੇਂ ਵਿੱਚ ਜਾਤੀ ਪ੍ਰਥਾ ਬਹੁਤ ਜ਼ਿਆਦਾ ਆਪਣੇ ਜ਼ੋਰਾਂ 'ਤੇ ਸੀਗੀ, ਠੀਕ ਆ। ਫੋਰ ਕਾਸਟ ਦੇ ਵਿੱਚ ਵੰਡਿਆ ਹੋਇਆ ਸੀ ਸਮਾਜ, ਲਾਈਕ ਐਸ ਪਹਿਲਾਂ ਸੀਗੇ ਬ੍ਰਾਹਮਣ ਆ ਜਾਂਦੇ ਸੀਗੇ, ਜਿਹੜੇ ਬ੍ਰਾਹਮਣ ਦੇ ਵਿੱਚ ਕੀ ਸੀ, ਜਿਹੜੇ ਹਾਈਅਰ ਪੀਪਲ ਸੀਗੇ ਕਹਿ ਸਕਦੇ ਹਾਂ, ਜਿਹੜੇ ਆਪਾਂ ਕਹਿ ਸਕਦੇ ਹਾਂ ਰਿਲੇਟਡ ਟੂ ਰਿਲੀਜੀਅਸ, ਜਿਵੇਂ ਕਿ ਪ੍ਰੀਸਟ, ਪੰਡਿਤ ਆ ਜਾਂਦੇ ਆ, ਇਹ ਸਾਰੇ ਕੀ ਸੀਗੇ, ਬ੍ਰਾਹਮਣ ਕੈਟਾਗਰੀ ਵਿੱਚ ਆਉਂਦੇ ਸੀਗੇ। ਨੈਕਸਟ ਕੀ ਸੀਗਾ? ਕਸ਼ਤਰੀਏ। ਕਸ਼ਤਰੀਏ ਵਿੱਚ ਸਟੂਡੈਂਟ ਸੈਂਕਿੰਡ ਪੋਜੀਸ਼ਨ ਤੇ ਕਿਹੜੇ ਸੀਗੇ? ਕਿੰਗਸ, ਲਾਈਕ ਰਾਜੇ ਹੋ ਗਏ, ਐਂਡ ਵੈਰੀਅਰ, ਜੋ ਵੀ ਉਹਨਾਂ ਦੇ ਦਰਬਾਰ ਵਿੱਚ ਕੰਮ ਕਾਜ ਕਰਦੇ ਸੀਗੇ, ਹਾਇਰ ਪੋਜੀਸ਼ਨ ਦੇ ਉੱਤੇ ਲੱਗੇ ਹੋਏ ਸੀ ਪੀਪਲ, ਉਹ ਕੀ ਸੀਗੇ, ਸੈਂਕਿੰਡ ਪੋਜੀਸ਼ਨ ਉੱਪਰ ਸੀਗੇ। ਨੈਕਸਟ ਕੀ ਆ? ਵੈਸ਼ਨਵ। ਵੈਸ਼ਨਵ ਸਟੂਡੈਂਟ ਹੁੰਦੇ ਆ ਜਿਹੜੇ, ਜਿਹਨੂੰ ਇੱਥੇ ਵਿਸ਼ਵਾਸ ਲਿਖਿਆ ਹੋਇਆ, ਵੈਸ਼ਨਵ ਵੀ ਬੋਲਿਆ ਜਾਂਦਾ, ਉਹ ਕੀ ਆ? ਨੈਕਸਟ ਕੀ ਆ? ਫਾਰਮਰ ਐਂਡ ਮਰਚੈਂਟਸ, ਜਾਂ ਕੋਈ ਵੀ ਆਰਕੀਟੈਕਚਰ, ਜਾਂ ਤਾਂ ਕਿਸਾਨ ਸੀਗੇ ਜਿਹੜੇ ਹਾਈਅਰ, ਮਤਲਬ ਜਿਨ੍ਹਾਂ ਕੋਲ ਆਪਣੀ ਲੈਂਡ ਸੀਗੀ, ਭੂਮੀ ਸੀਗੀ, ਜਿਹਦੇ ਉੱਪਰ ਆਪਣੀ ਉਹ ਖੇਤੀ ਕਰਦੇ ਸੀਗੇ, ਉਹ ਫਾਰਮਰ ਸੀਗੇ, ਉਹ ਇਸ ਪੋਜੀਸ਼ਨ ਦੇ ਵਿੱਚ ਆਉਂਦੇ ਸੀਗੇ, ਐਸਟਨ ਕੈਟਾਗਰੀ ਦੇ ਅੰਡਰ ਆਉਂਦੇ ਸੀਗੇ, ਐਂਡ ਜਿਹੜੇ ਮਰਚੈਂਟਸ ਦੇ ਸਟੂਡੈਂਟ ਜਾਂ ਕੋਈ ਵੀ ਆਰਕੀਟੈਕਚਰ, ਕੋਈ ਵੀ ਜਿਹੜੇ ਚੀਜ਼ਾਂ ਨੂੰ ਬਣਾਉਂਦੇ ਹੈਗੇ ਆ, ਠੀਕ ਆ, ਮਿਸਤਰੀ ਵਗੈਰਾ, ਉਹ ਚੀਜ਼ਾਂ, ਉਹ ਕੀ ਆਉਂਦੇ ਸੀਗੇ,
ਇਸ ਕੈਟਾਗਰੀ ਦੇ ਵਿੱਚ ਆਉਂਦੇ ਸੀ। ਨੈਕਸਟ ਕੀ ਆ, ਫੋਰਥ ਕੀ ਆ, ਸੂਦਰਾ, ਸੂਦਰ ਜੀ ਨੂੰ ਬੋਲਿਆ ਜਾਂਦਾ। ਸੂਦਰ ਸਟੂਡੈਂਟ ਸਭ ਤੋਂ ਲੋਅਰ ਸੀਗਾ, ਲੋਅਰ ਕਾਸਟ ਆ, ਠੀਕ ਆ। ਐਚ ਕੀ ਸੀ, ਮੈਨੂਅਲ, ਮੈਨੂਅਲ ਆ, ਸੋਰੀ ਇੱਥੇ ਐਨ ਪਾਈ ਹੋਈ ਆ, ਮੈਨੂਅਲ ਵਰਕਰ ਆ ਜਾਂਦੇ ਆ ਜੋ ਕਿ ਹੱਥੀਂ ਕਿਰਤ ਕਰਦੇ ਆ, ਲਾਈਕ ਲੇਬਰ ਦਾ ਕੰਮ ਕਰਦੇ ਹੈਗੇ ਆ। ਜਿਹੜੀਆਂ ਉੱਪਰਲੀਆਂ ਸੋਸਾਇਟੀ ਮਤਲਬ ਸੀਇੰਗ ਆ ਕੈਟਾਗਰੀਜ, ਇਹਨਾਂ ਦੇ ਉੱਪਰ ਪ੍ਰੋਪਰਲੀ ਐਕਸਪਲੋਇਟ ਕਰਦੀਆਂ ਸੀਗੀਆਂ ਇਹਨਾਂ ਨੂੰ, ਸੂਦਰ ਨੂੰ, ਠੀਕ ਆ। ਇਸ ਤਰ੍ਹਾਂ ਫੋਰ ਕੈਟਾਗਰੀ ਦੇ ਵਿੱਚ ਵੰਡਿਆ ਹੋਇਆ ਸੀ, ਕਾਸਟ ਸਿਸਟਮ ਸੀਗਾ ਫੋਰ ਕੈਟਾਗਰੀ ਦੇ ਵਿੱਚ ਸੀਗਾ। ਡਨ, ਨੈਕਸਟ ਕੀ ਆ ਸਟੂਡੈਂਟ, ਫੋਰ ਆਸ਼ਰਮ ਸੀਗੇ ਉਹਨਾਂ ਦੇ, ਅਤੇ ਫੋਰ ਆਸ਼ਰਮ ਜਿਹੜੀ ਲਾਈਫ ਸੀਗੀ ਉਹਨਾਂ ਦੀ ਡਿਵੀਜ਼ਨ ਕੀਤੀ ਹੋਈ ਸੀ, ਫੋਰ ਪਾਰਟ ਦੇ ਵਿੱਚ ਕੀਤੀ ਹੋਈ ਸੀ ਡਿਵੀਜ਼ਨ ਲਾਈਫ ਦੀ। ਮਤਲਬ ਏਜ ਆ, ਕਿਸੇ ਵੀ ਪਰਸਨ ਦੀ ਆਪਣੀ ਏਜ ਆ, ਹੈ ਨਾ, ਏਜ ਦੇ ਅਕੋਰਡਿੰਗ ਉਹਦੀਆਂ ਲਾਈਫ ਦੇ ਪਾਰਟ ਦੇ ਅਕੋਰਡਿੰਗ ਜਿਹੜੀ ਉਹਦੀ ਡਿਵੀਜ਼ਨ ਕੀਤੀ ਹੋਈ ਸੀਗੀ, ਉਹ ਕੀ ਸੀਗੀ, ਆਸ਼ਰਮ ਜਿਹੜੀ ਡਿਵੀਜ਼ਨ ਸੀ ਉਹਨਾਂ ਨੂੰ ਆਸ਼ਰਮ ਕਿਹਾ ਜਾਂਦਾ ਸੀਗਾ। ਕਿਹੜੇ ਕਿੰਨੇ ਆਸ਼ਰਮ ਦੇ ਵਿੱਚ ਵੰਡੀ ਹੋਈ ਸੀ, ਫੋਰ ਆਸ਼ਰਮ, ਲਾਈਕ ਬ੍ਰਹਮਚਾਰੀਆ। ਸਟੂਡੈਂਟ, ਬ੍ਰਹਮਚਾਰੀਆ ਆਸ਼ਰਮ ਉਹ ਹੁੰਦਾ, ਬ੍ਰਹਮਚਾਰੀਆ ਪੋਜੀਸ਼ਨ ਦੇ ਵਿੱਚ ਪਰਸਨ ਉਦੋਂ ਸੀਗਾ ਜਦੋਂ ਬਰਥ ਲੈ ਲੈਂਦਾ, ਠੀਕ ਆ, ਟੂ ਓਬਟੇਨ ਨੌਲੇਜ। ਬਰਥ ਲੈਣ ਤੋਂ ਬਾਅਦ ਜਿੰਨਾ ਚਿਰ ਉਹ ਨੌਲੇਜ ਗੇਨ ਕਰਦਾ, ਮਤਲਬ ਲਾਈਕ ਤੁਸੀਂ ਹੁਣ ਐਜੂਕੇਸ਼ਨ ਗੇਨ ਕਰ ਰਹੇ ਹਾਂ, ਇਹ ਨੌਲੇਜ ਆ, ਠੀਕ ਆ। ਜਨਮ ਤੋਂ ਲੈ ਕੇ ਜਿੰਨੀ ਵੀ ਉਹ ਨੌਲੇਜ ਗੇਨ ਕਰ ਰਿਹਾ, ਮਤਲਬ ਸਟੱਡੀ ਕਰ ਰਿਹਾ, ਕੁਛ ਵੀ ਕਰ ਰਿਹਾ, ਉਹ ਏਜ ਕੀ ਆ ਉਹਦੀ, ਬ੍ਰਹਮਚਾਰੀ ਆ। ਨੈਕਸਟ ਕੀ ਆ, ਗ੍ਰਹਿਸਥੀ, ਨੌਲੇਜ ਲੈ ਲਈ, ਬਾਅਦ 'ਚ ਉਹਨੇ ਕੀ ਕੀਤਾ, ਮੈਰੀ ਕੀਤੀ, ਮਤਲਬ ਮੈਰਿਜ ਕਰਵਾਈ। ਡਨ, ਉਹਨੂੰ ਕੀ ਕਹਿੰਦੇ ਸੀ, ਗ੍ਰਹਿਸਥੀ, ਦੈਟ ਇਜ਼ ਮੈਰੀ ਐਂਡ ਲੀਡ ਫੈਮਿਲੀ ਲਾਈਫ। ਉਹਦੇ ਇਸ ਪੀਰੀਅਡ ਦੇ ਵਿੱਚ ਉਹ ਕੀ ਕਰਾਉਂਦਾ, ਇੱਕ ਵਿਆਹ ਕਰਵਾਉਂਦਾ ਅਤੇ ਆਪਣੀ ਫੈਮਿਲੀ ਲਾਈਫ, ਮਤਲਬ ਫੈਮਿਲੀ ਨੂੰ ਅੱਗੇ ਲੀਡ ਕਰਦਾ ਹੈਗਾ, ਆਪਣੇ ਵੰਸ਼ ਨੂੰ ਵਧਾਉਂਦਾ ਹੈਗਾ। ਡਨ, ਗਾ ਹੈਗਾ ਵੰਸ਼ਪ੍ਰਸਥਾ। ਵੰਸ਼ਪ੍ਰਸਥਾ 'ਚ ਸਟੂਡੈਂਟ ਕੀ ਆ, ਆਫਰਿਸ ਸਰਵਿਸ ਟੂ ਅਦਰ। ਜੇ ਉਹਨੇ ਨੌਲੇਜ ਗੇਨ ਕੀਤੀ ਸੀਗੀ, ਜਿਹੜੀਆਂ ਵੀ ਜਿਹੜੀ ਵੀ ਉਹਦੇ ਕੋਲ ਐਕਸਪੀਰੀਅੰਸ ਹੈਗਾ, ਉਹ ਇਸ ਪੀਰੀਅਡ ਦੇ ਵਿੱਚ ਆ ਕੇ ਉਹ ਕੀ ਕਰਦਾ, ਆਫਰ ਹਿਜ ਸਰਵਿਸ ਟੂ ਅਦਰ, ਆਪਣੀ ਨੌਲੇਜ ਨੂੰ ਅੱਗੇ ਮੂਵ ਕਰਦਾ ਹੈਗਾ, ਅਦਰ ਪਰਸਨ ਨੂੰ ਦਿੰਦਾ, ਲਾਈਕ ਆਪ ਦੇ ਚਾਈਲਡਰ ਨੂੰ ਕਹਿ ਸਕਦੇ ਹਾਂ, ਠੀਕ ਆ, ਆਪਣੀ ਡਿਊਟੀ ਨਿਭਾਉਂਦਾ ਹੈਗਾ, ਉਹਨਾਂ ਨੂੰ ਗਿਆਨ ਦਿੰਦਾ ਇਸ ਪੀਰੀਅਡ ਦੇ ਵਿੱਚ। ਨੈਕਸਟ ਕੀ ਆ, ਇਸ ਤੋਂ ਬਾਅਦ ਸਟੂਡੈਂਟ ਕੀ ਹੁੰਦਾ, ਸੰਨਿਆਸ। ਨੈਕਸਟ ਪੀਰੀਅਡ ਦੇ ਵਿੱਚ ਜਾ ਕੇ ਲਾਈਕ ਪਹਿਲਾਂ ਬ੍ਰਹਮਚਾਰੀਆ ਹੋ ਗਿਆ, ਠੀਕ ਆ, ਨੌਲੇਜ ਗੇਨ ਕੀਤੀ, ਫਿਰ ਉਹਨੇ ਮੈਰੀ ਕਰਵਾਈ, ਫੈਮਿਲੀ ਲੀਡ ਕੀਤੀ, ਫਿਰ ਵੰਸ਼ਪ੍ਰਸਥਾ ਆ ਗਈ, ਆਪਣੀ ਸਰਵਿਸ ਨੂੰ ਅੱਗੇ ਪ੍ਰੋਵਾਈਡ ਕੀਤਾ। ਜਿਸ ਤਰ੍ਹਾਂ ਸਾਡੇ ਫਾਦਰ ਅੱਜ ਦੀ ਫੈਮਿਲੀ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਮਾਤਾ ਪਿਤਾ ਤੋਂ ਸਿੱਖਦੇ ਹਾਂ, ਉਹ ਸਾਨੂੰ ਆਪਣੀ ਨੌਲੇਜ ਗੇਨ ਕਰਦੇ ਹੈਗੇ ਆ, ਪ੍ਰੋਵਾਈਡ ਕਰਦੇ ਹੈਗੇ ਆ, ਠੀਕ ਆ। ਗਾਹ ਕੀ ਆ, ਸੰਨਿਆਸ, ਸੰਨਿਆਸੀ ਮਤਲਬ ਸਟੂਡੈਂਟ ਹੁੰਦਾ, ਮਤਲਬ ਜੰਗਲ ਦੇ ਵਿੱਚ ਚਲਾ ਜਾਣਾ, ਸਭ ਕੁਝ ਤਿਆਗ ਕੇ ਉਹਨੂੰ ਸੰਨਿਆਸੀ ਬੋਲਿਆ ਜਾਂਦਾ। ਡਨ, ਉਹ ਕੀ ਕਰਦੇ ਆ, ਰਿਨਾਊਂਸਡ ਦੀ ਵਰਲਡ। ਇਸ ਪੀਰੀਅਡ ਦੇ ਵਿੱਚ ਆ ਕੇ ਮਨੁੱਖ ਕੀ ਕਰਦਾ ਸੀਗਾ, ਜਦੋਂ ਓਲਡ ਏਜ ਵਿੱਚ ਪਹੁੰਚ ਜਾਂਦਾ ਸੀ, ਉਹ ਰਿਨਾਊਂਸ ਦੀ ਵਰਡ, ਸੰਸਾਰ ਨੂੰ ਛੱਡ ਜਾਂਦਾ ਸੀਗਾ, ਐਂਡ ਲਿਵਡ ਇਨ ਲਾਈਫ ਫੋਰੈਸਟ, ਅਤੇ ਇਕੱਲਾ ਜੰਗਲਾਂ ਦੇ ਵਿੱਚ ਚਲਾ ਜਾਂਦਾ ਸੀਗਾ, ਠੀਕ ਆ। ਉੱਥੇ ਜਾ ਕੇ ਜੋ ਵੀ ਭਗਤੀ ਵਗੈਰਾ ਕਰਦਾ ਸੀਗਾ, ਉਹ ਤੇ ਡਿਪੈਂਡ ਸੀ। ਡਨ, ਨੈਕਸਟ ਕੀ ਆ ਸਟੂਡੈਂਟ, ਓਕੂਪੇਸ਼ਨ ਦੀ ਜੇ ਗੱਲ ਕਰਦੇ ਹੈਗੇ ਆ, ਓਕੂਪੇਸ਼ਨ ਸਟੂਡੈਂਟ ਦਾ ਕੀਤਾ, ਕਾਰੋਬਾਰ, ਕੀ ਕੰਮ ਕਾਰ ਕਰਦੇ ਸੀਗੇ ਉਹ, ਚਲੋ ਦੇਖਦੇ ਹਾਂ। ਓਕੂਪੇਸ਼ਨ ਸਟੂਡੈਂਟ, ਇਹ ਤਾਂ ਪਤਾ ਹੀ, ਐਗਰੀਕਲਚਰ, ਐਗਰੀਕਲਚਰ ਦਿਸ ਇਜ਼ ਦੀ ਮੋਸਟ ਇੰਪੋਰਟੈਂਟ ਓਕੂਪੇਸ਼ਨ, ਨੋਟ ਓਨਲੀ ਪਾਸਟ ਟਾਈਮ ਬਟ ਆਲਸੋ ਨਾਉ। ਹੁਣ ਵੀ ਐਗਰੀਕਲਚਰ ਮੋਸਟ ਇੰਪੋਰਟੈਂਟ ਓਕੂਪੇਸ਼ਨ ਹੈਗਾ, ਮੋਸਟਲੀ ਪਰਸਨਸ ਦਾ, ਮੋਸਟਲੀ ਪੀਪਲ ਦਾ, ਮੋਸਟਲੀ ਪਾਪੂਲੇਸ਼ਨ ਕੀ ਆ, ਡਿਪੈਂਡ ਔਨ ਐਗਰੀਕਲਚਰ। ਡਨ, ਕੈਟਰੋਰੀਅਨਿੰਗ ਮਤਲਬ ਕੋਈ ਵੀ ਪਸ਼ੂਆਂ ਨੂੰ ਚਰਾਉਣਾ ਹੋ ਗਿਆ, ਠੀਕ ਆ। ਚੈਰਿਟ ਮੇਕਿੰਗ, ਚੈਰਿਟ ਮੇਕਿੰਗ ਸਟੂਡੈਂਟ ਤੁਹਾਨੂੰ ਪਤਾ ਨਹੀਂ, ਪਹਿਲਾਂ ਰੱਥ ਹੁੰਦੇ ਸੀਗੇ, ਹੁਣ ਤਾਂ ਗੱਡੀਆਂ ਬਣੀਆਂ ਹੋਈਆਂ ਨਾ, ਪਹਿਲਾਂ ਰੱਥ ਹੁੰਦੇ ਸੀ, ਰੱਥ ਬਣਾਉਣ ਵਾਲਿਆਂ ਨੂੰ ਚੈਰਿਟ ਮੇਕਰ ਕਿਹਾ ਜਾਂਦਾ ਹੈਗਾ, ਠੀਕ ਆ। ਪੋਟਰ ਮੇਕਿੰਗ, ਪੋਟਰ ਮੇਕਿੰਗ ਸਟੂਡੈਂਟ ਹੁੰਦਾ ਜਿਵੇਂ ਭਾਂਡੇ ਬਣਾਏ ਜਾਂਦੇ ਮਿੱਟੀ ਦੇ, ਘੁਮਿਆਰਾਂ ਦਾ ਕੰਮ ਕਰਦੇ, ਜਿਹੜੇ ਘੁਮਿਆਰ ਪਰਸਨ ਕਾਸਟ ਦੇ ਲੋਕ ਹੈਗੇ ਆ, ਜਿਵੇਂ ਉਹ ਕੀ ਹੈ, ਪੋਟਰ ਮੇਕਿੰਗ, ਘੜੇ ਵਗੈਰਾ ਬਣਾਉਂਦੇ ਆ, ਜਿਹਨੂੰ ਘੁਮਿਆਰ ਮਤਲਬ ਘੁਮਿਆਰ ਦਾ ਕੰਮ ਕਰਦੇ ਹੈਗੇ ਆ। ਜਵੈਲਰੀ, ਠੀਕ ਆ, ਗਹਿਣੇ ਵਗੈਰਾ ਬਣਾਉਣਾ, ਟਿੱਕ, ਇੱਦਾਂ ਦੇ ਸਟੂਡੈਂਟ ਉਹਨਾਂ ਦੇ ਓਕੂਪੇਸ਼ਨ ਸੀਗੇ। ਅੱਜ ਅਸੀਂ ਕੀਤਾ ਹੈਗਾ ਗ੍ਰਹਿਪਤੀ ਕੁਲਪਤੀ ਬਾਰੇ ਕੀਤਾ ਸਟੂਡੈਂਟ, ਗ੍ਰਹਿਪਤੀ ਬਾਰੇ ਕੀਤਾ ਹੈਗਾ। ਅੱਗੇ ਕੀ ਸੀਗਾ, ਉਸ ਤੋਂ ਕਬੀਲੇ ਬਣ ਗਏ ਸੀ, ਕਾਸਟ ਸਿਸਟਮ ਸੀਗਾ, ਫੋਰ ਕਾਸਟ ਹੈਗੀਆਂ, ਬ੍ਰਾਹਮਣ, ਕਸ਼ਤਰੀ, ਵੈਸ਼ ਐਂਡ ਸੂਦਰ ਆ। ਫੋਰ ਆਸ਼ਰਮ ਹੈਗੇ ਆ, ਬ੍ਰਹਮਾਚਾਰੀ ਆਸ਼ਰਮ, ਠੀਕ ਆ, ਗ੍ਰਹਿਸਥੀ ਹੋ ਗਈ, ਵੰਸ਼ਪ੍ਰਸਥ ਐਂਡ ਸੰਨਿਆਸ, ਓਕੂਪੇਸ਼ਨ ਬਾਰੇ ਗੱਲ ਕੀਤੀ ਹੈਗੀ ਆ। ਡਨ, ਨੈਕਸਟ ਅਸੀਂ ਅਗਲੇ ਲੈਸਨ ਦੇ ਵਿੱਚ, ਸੋਰੀ, ਅਗਲੇ ਚੈਪਟਰ ਦੇ ਵਿੱਚ ਪੜ੍ਹਾਂਗੇ। ਓਕੇ ਸਟੂਡੈਂਟ, ਥੈਂਕਸ ਟੂ ਆਲ, ਓਕੇ।